ਇੰਜ ਲੱਗਦਾ ਜਿਵੇਂ ਕਾਂਗਰਸ ਦੇ ਲੀਡਰਾਂ ਦਾ ਵਿਵਾਦਾਂ ਦੇ ਨਾਲ ਖਾਸਾ ਹੀ ਮੋਹ ਹੈ। ਮਾਮਲਾ ਜਲੰਧਰ ਤੋਂ ਹੈ, ਜਿੱਥੇ ਕਾਂਗਰਸ ਦੇ ਉਮੀਦਵਾਰ ਸੰਤੋਖ ਚੌਧਰੀ ਨੂੰ ਉਸ ਸਮੇਂ ਭਾਜੜ ਪੈ ਗਈ ਜਦੋਂ ਉਹਨਾਂ ਦੇ ਪ੍ਰਚਾਰ ਸਮਾਗਮ 'ਚ ਨੌਜਵਾਨਾਂ ਨੇ ਚੌਧਰੀ ਨੂੰ ਘੇਰਾ ਪਾ ਲਿਆ। ਕੈਪਟਨ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਾ ਕਰਨ ਨੂੰ ਲੈ ਕੇ ਜਦੋਂ ਨੌਜਵਾਨਾਂ ਨੇ ਸੰਤੋਖ ਚੌਧਰੀ ਤੋਂ ਸਵਾਲ ਕੀਤੇ ਤਾਂ ਚੌਧਰੀ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਹੀ ਚੱਲਦੇ ਬਣੇ। ਇਸ ਬਾਰੇ ਜਦੋਂ ਪੱਤਰਕਾਰਾਂ ਨੇ ਸੰਤੋਖ ਚੌਧਰੀ ਨੂੰ ਸਵਾਲ ਕੀਤਾ ਤਾਂ ਅੱਗਿਓਂ ਹੈਕਰ 'ਚ ਆਏ ਚੌਧਰੀ ਪੱਤਰਕਾਰਾਂ ਨੂੰ ਭੱਜ ਕੇ ਪੈ ਗਏ ਅਤੇ ਕਿਸੇ ਤਰ੍ਹਾਂ ਦਾ ਜਵਾਬ ਨਾ ਦਿੱਤਾ। ਤੁਸੀਂ ਖੁਦ ਹੀ ਦੇਖ ਲਓ ਸੰਤੋਖ ਚੌਧਰੀ ਸਵਾਲਾਂ ਦਾ ਜਵਾਬ ਕਿਸ ਤਰ੍ਹਾਂ ਦੇ ਰਹੇ ਨੇ। ਇਸ ਤਰ੍ਹਾਂ ਤਾਂ ਸਵਾਲ ਪੁੱਛਦੇ ਰਹਿੰਦੇ, ਕੋਈ ਐਸੀ ਕੋਈ ਐਸਾ ਮੇਰੇ ਨੋਟਿਸ ਨਹੀਂ ਜਿੱਥੇ ਦੀ ਗੱਲ ਕਰਦੇ ਸੀ। ਮੇਰੇ ਕੰਪੇਨ ਬਾਰੇ ਕੋਈ ਸਵਾਲ ਪੁੱਛੋ, ਠੀਕ ਹੈ ਨਾ। ਮੇਰੀ ਕੰਪੇਨ ਬਾਰੇ ਤੁਸੀਂ ਕਹਿ ਦਿਓ, ਮੈਂ ਕੰਪੇਨ ਬਾਰੇ ਸਵਾਲ ਉਹਦਾ ਮੈਂ ਤੁਹਾਨੂੰ ਜਵਾਬ ਦੇ ਦਿੱਤਾ। ਉਹਦਾ ਸਵਾਲ ਮੇਰੇ 'ਤੇ ਕੋਈ ਰੋਕ ਨਹੀਂ, ਤੁਸੀਂ ਇੱਥੇ ਰੱਬ ਦੇ ਘਰ ਮੱਥਾ ਟੇਕਣਾ ਇੱਥੇ ਤੋਂ ਬਖਸ਼ ਦਿਓ, ਨਹੀਂ ਤੁਸੀਂ ਮਤਲਬ ਤੁਸੀਂ ਇਹ ਬੰਨਿਆ ਵੀ ਨੈਗੇਟਿਵ ਸਵਾਲ ਪੁੱਛਣੇ ਕੈਂਡੀਡੇਟ ਨੂੰ। ਤੁਸੀਂ ਪੱਤਰਕਾਰ ਹੋ, ਤੁਸੀਂ ਭਾਈ ਸਾਹਿਬ ਤੁਸੀਂ ਪੱਤਰਕਾਰ ਹੋ, ਕਦੀ ਪੋਜ਼ਿਟਿਵ ਵੀ ਗੱਲ ਕਰਿਆ ਕਰੋ। ਮੈਂ ਕੰਪੇਨ ਕਰ ਰਿਹਾ, ਕੰਪੇਨ ਕਰ ਰਿਹਾ, ਤੁਸੀਂ ਮਤਲਬ ਫਿਰ ਉਹੀ ਗੱਲ ਜਿਹੜੀ ਵੀ ਜਿਹੜੇ ਚੈਨਲਸ ਹੈ ਨੈਗੇਟਿਵ ਵੀ ਤੁਸੀਂ ਪੁੱਟ ਕਰ ਰਹੇ। ਮੈਂ ਮੰਦਰ 'ਚ ਆਇਆ ਨਾ, ਮੰਦਰ 'ਚ ਮੈਂ ਆਸ਼ੀਰਵਾਦ ਲੈਣਾ। ਤੁਸੀਂ ਦੇਖ ਹੀ ਲਿਆ ਕਿ ਕਿਵੇਂ ਮੰਦਰ ਦਾ ਹਵਾਲਾ ਦੇ ਕੇ ਸੰਤੋਖ ਚੌਧਰੀ ਨੇ ਪੱਲਾ ਝਾੜ ਦਿੱਤਾ। ਪਰ ਕਿਤੇ ਨਾ ਕਿਤੇ ਇਹਨਾਂ ਸਵਾਲਾਂ ਤੋਂ ਭੱਜਣ ਦਾ ਖਾਮਿਆਜ਼ਾ ਸੰਤੋਖ ਚੌਧਰੀ ਨੂੰ ਲੋਕ ਸਭਾ ਚੋਣਾਂ 'ਚ ਭੁਗਤਣਾ ਪੈ ਸਕਦਾ। ਜਲੰਧਰ ਤੋਂ ਮਨਵੀਰ ਸਬਰਪਾਲ ਦੀ ਰਿਪੋਰਟ।